ਚੈਨ ਸਾਰਿਆਂ ਨੂੰ। ਚਿੱਟਾ ਪੰਜਾਬ ਦੇ ਵਿੱਚ ਚਿੱਟਾ ਨੌਜਵਾਨਾਂ ਦਾ ਖੂਨ ਕਰ ਰਿਹਾ ਹੈ ਚਿੱਟਾ, ਪਰ ਨੂਰਪੁਰ ਬੇਦੀ SHO ਸਾਹਿਬ ਆਉਂਦੇ ਹੀ 41 ਗ੍ਰਾਮ ਚਿੱਟਾ ਫੜਿਆ। ਆਓ ਗੱਲ ਕਰਦੇ ਹਾਂ ਨੂਰਪੁਰ ਬੇਦੀ SHO ਸਾਹਿਬ ਨਾਲ ਕਿ ਸਰ ਕਿਵੇਂ ਤੁਸੀਂ ਇਹ ਫੜਿਆ ਅਤੇ ਕੌਣ ਕੌਣ ਹੈ ਉਹ ਜਿਹੜਾ ਚਿੱਟਾ ਵੇਚਣ ਵਾਲੇ ਹੈ, ਉਹਨਾਂ 'ਤੇ ਪਹਿਲਾਂ ਵੀ ਕਿਹੜੀ ਕਿਹੜੀ ਕਾਰਵਾਈ ਹੋਈ ਹੈ, ਆਓ ਤੁਹਾਨੂੰ ਪੂਰੀ ਰਿਪੋਰਟ ਦਿਖਾਉਂਦੇ ਹਾਂ, ਜੁੜੇ ਰਹੋ ਸਾਡੇ ਨਾਲ, ਆਜੋ। ਇਹਦੇ ਵਿੱਚ ਸਾਡੀ ਟੀਮ ਸੀਗੀ SI ਧਰਮਪਾਲ ਸੀਗੇ, ਉਹਨਾਂ ਨਾਲ ਜਿਹੜੀ ਪੁਲਿਸ ਪਾਰਟੀ ਸੀਗੀ ਜਿਹੜੇ ਕਿ ਚੈਕਿੰਗ ਕਰ ਰਹੇ ਸੀਗੇ ਵਹੀਕਲਸ ਦੀ, ਅਤੇ ਉਸੇ ਦੌਰਾਨ ਜਿਹੜੇ 3 ਵਿਅਕਤੀ ਹੈਗੇ ਹੈ ਵੈਭਵ, ਜਸਪਾਲ ਅਤੇ ਗੁਰਸ਼ਰਨ ਹੈ ਜਿਹੜੇ ਅਨੰਦਪੁਰ ਏਰੀਏ ਨੂੰ ਬਿਲੋਂਗ ਕਰਦੇ ਨੇ, ਉਹ ਆ ਰਹੇ ਸੀਗੇ ਜਿਨ੍ਹਾਂ ਕੋਲ ਨਸ਼ੀਲਾ ਪਾਊਡਰ ਸੀਗਾ। ਅਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਥੋੜ੍ਹਾ ਘਬਰਾ ਗਏ ਸੀ। ਉਸ ਤੋਂ ਬਾਅਦ ਜਿਹੜੀ ਉਹਨਾਂ ਕੋਲੋਂ ਜਿਹੜੀ 41 ਗ੍ਰਾਮ ਨਸ਼ੀਲੇ ਪਦਾਰਥ ਦੀ ਜਿਹੜੀ ਰਿਕਵਰੀ ਹੋਈ ਹੈ, ਅਤੇ ਜਿਹਦੇ ਵਿੱਚ 2 ਦਿਨ ਦਾ ਪੁਲਿਸ ਰਿਮਾਂਡ ਸੀਗਾ ਅਤੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ। ਨਹੀਂ, ਫਿਲਹਾਲ ਤਾਂ ਅਸੀਂ ਇਹਨਾਂ ਦਾ ਰਿਕਾਰਡ ਜੋ ਚੈੱਕ ਕੀਤਾ ਹੈ ਉਹਦੇ 'ਚ ਇਹਨਾਂ ਦੇ ਖਿਲਾਫ਼ ਕੋਈ ਵੀ ਜਿਹੜਾ ਪਰਚਾ ਦਰਜ ਨਹੀਂ ਹੋਣਾ ਪਾਇਆ ਗਿਆ, ਅਤੇ ਬਟ ਇਹਨਾਂ ਦੀ ਪੁੱਛਗਿੱਛ ਦੌਰਾਨ ਇਹਨਾਂ ਨੇ ਖੁਦ ਜਿਹੜਾ ਦੱਸਿਆ ਕਰਿਆ ਹੈਗਾ ਕਿ ਇਹ ਨਸ਼ਾ ਕੰਜ਼ਿਊਮ ਵੀ ਕਰਦੇ ਨੇ ਅਤੇ ਅੱਗੇ ਉਹਦੇ ਵਿੱਚੋਂ ਸੇਲ ਵੀ ਕਰਦੇ ਨੇ ਨਸ਼ਾ। ਇਹਨਾਂ ਦਾ 2 ਦਿਨ ਦਾ ਰਿਮਾਂਡ ਹੈਗਾ ਅਤੇ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਨਹੀਂ, ਫਿਲਹਾਲ ਅੱਗੇ ਆਫਟਰ ਇਨਵੈਸਟੀਗੇਸ਼ਨ ਹੈ ਜਿਹੜੀਆਂ ਫਰਦਰ ਚੀਜ਼ਾਂ ਜਿਹੜੀਆਂ। ਇਹਨਾਂ ਦੇ 3 ਮੁੰਡੇ ਨੇ ਇਹ, ਇਹਨਾਂ ਦਾ ਨਾਮ, ਇੱਕ ਮੁੰਡੇ ਦਾ ਨਾਮ ਹੈ ਵੈਭਵ ਕੌਸ਼ਲ, ਜਸਪਾਲ ਅਤੇ ਗੁਰਸ਼ਰਨ। ਇਹ ਅਨੰਦਪੁਰ ਏਰੀਏ ਦੇ ਨੇ, ਅਨੰਦਪੁਰ, ਹਾਂ, ਤਿੰਨੋਂ ਹੀ ਅਨੰਦਪੁਰ ਏਰੀਏ ਦੇ ਹੈਗੇ। 41 ਗ੍ਰਾਮ। ਚੈਨ ਸਾਰਿਆਂ ਨੂੰ। ਚਿੱਟਾ ਪੰਜਾਬ ਦੇ ਵਿੱਚ ਚਿੱਟਾ ਨੌਜਵਾਨਾਂ ਦਾ ਖੂਨ ਕਰ ਰਿਹਾ ਹੈ ਚਿੱਟਾ, ਪਰ ਨੂਰਪੁਰ ਬੇਦੀ SHO